ਵਾਂਸ ਅਗੇਨ ਵੈਲਕਮ ਬੈਕ ਟੂ ਦ ਪ੍ਰੋਗਰਾਮ। ਅੱਜ ਪ੍ਰਚਾਰ ਬਹੁਤ ਹੋ ਰਿਹਾ ਸਿੱਖੀ ਦਾ। ਮਸੰਦਾਂ ਤੋਂ ਗੁਰੂ ਸਾਹਿਬ ਨੇ ਇਹ ਸਿਸਟਮ ਸ਼ੁਰੂ ਕੀਤਾ ਸੀ ਕਿ ਵੱਖਰੀ ਵੱਖਰੀ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਦੱਸਿਆ ਜਾਏ ਕਿ ਜੀਵਨ ਜਾਚ ਸਾਡੀ ਕੀ ਹੈ। ਉਸ ਤੋਂ ਬਾਅਦ ਅਸੀਂ ਦੇਖਿਆ ਕਿ ਰੇਡੀਓ ਸਟੇਸ਼ਨਸ ਆਏ, ਟੈਲੀਵਿਜ਼ਨਸ ਦੇ ਉੱਤੇ ਪ੍ਰੋਗਰਾਮਸ ਹੁੰਦੇ ਨੇ, ਪਰ ਅੱਜ ਇੰਟਰਨੈਟ ਦੇ ਇਸ ਯੁੱਗ ਵਿੱਚ ਦੁਨੀਆ ਭਰ ਵਿੱਚ ਜਿੱਥੇ ਕਿਤੇ ਤੁਸੀਂ ਬੈਠੇ ਹੋ ਤੁਸੀਂ ਇੰਟਰਨੈਟ 'ਤੇ ਜਾ ਕੇ ਸੁਣ ਸਕਦੇ ਹੋ ਗੁਰਬਾਣੀ, ਜੁੜ ਸਕਦੇ ਹੋ ਗੁਰਬਾਣੀ ਨਾਲ। ਪਰ ਹੁਣ ਕਿਉਂਕਿ ਹੋਰ ਫਾਸਟ ਸਮਾਂ ਆ ਗਿਆ ਤਾਂ ਈਵਨ ਤੁਹਾਡੇ ਹੱਥਾਂ ਦੇ ਵਿੱਚ ਜਿਹੜੇ ਤੁਸੀਂ ਫੋਨਸ ਕੈਰੀ ਕਰਦੇ ਹੋ ਉਹਨਾਂ ਦੇ ਉੱਤੇ ਵੀ ਤੁਸੀਂ ਗੁਰਬਾਣੀ ਦਾ ਸਰਵਣ ਕਰ ਸਕਦੇ ਹੋ ਅਤੇ ਉਸ ਨਾਲ ਜੁੜ ਸਕਦੇ ਹੋ। ਕੈਨੇਡਾ ਵਿੱਚ ਰਹਿੰਦੇ ਹੋਏ ਸਰਦਾਰ ਜਸਪਾਲ ਸਿੰਘ ਮੁੰਡੀ ਨੇ ਕੋਸ਼ਿਸ਼ ਕੀਤੀ ਹੈਗੀ ਕਿ ਦੁਨੀਆ ਭਰ ਵਿੱਚ ਇਹ ਮੈਸੇਜ ਫੈਲਾਇਆ ਜਾਏ ਅਤੇ ਐਕਸਲ ਰੇਡੀਓ ਦੇ ਕਾਰਨ ਇਹ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਆਓ ਇਸ ਸੰਬੰਧ ਵਿੱਚ ਇਹਨਾਂ ਕੋਲ ਅੱਜ ਗੱਲਬਾਤ ਕਰਕੇ ਜਾਣਕਾਰੀ ਲੈਂਦੇ ਹਾਂ ਕਿਹੜੀ ਚੀਜ਼ ਨੇ ਇਹਨਾਂ ਨੂੰ ਪ੍ਰੇਰਿਤ ਕੀਤਾ ਅਤੇ ਇਹ ਐਕਸਲ ਰੇਡੀਓ ਜਿਸ ਦੇ ਉੱਤੇ ਕਿ ਇਹ 24 ਘੰਟੇ ਗੁਰਬਾਣੀ ਦਾ ਪ੍ਰਚਾਰ ਹੁੰਦਾ ਹੈ, ਇਸ ਦੇ ਪਿੱਛੇ ਇਹਨਾਂ ਦਾ ਕੀ ਮਕਸਦ ਹੈ। ਸਵਾਗਤ ਕਰਦੇ ਹਾਂ ਜਸਪਾਲ ਸਿੰਘ ਮੁੰਡੀ ਦਾ। ਜੀ ਹਾਂਜੀ, ਵੈਲਕਮ ਟੂ ਦ ਪ੍ਰੋਗਰਾਮ। ਜੀ ਹਾਂਜੀ, ਸਤਿ ਸ਼੍ਰੀ ਅਕਾਲ ਹਰਪ੍ਰੀਤ ਸਿੰਘ ਜੀ, ਤੁਹਾਨੂੰ ਅਤੇ ਤੁਹਾਡੇ ਦਰਸ਼ਕਾਂ ਨੂੰ ਵੀ। ਥੈਂਕ ਯੂ। ਵਿਸਾਖੀ 'ਤੇ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਜੀ। ਸਭ ਤੋਂ ਪਹਿਲਾਂ ਤਾਂ ਐਕਸਲ ਰੇਡੀਓ ਜਿਹੜਾ ਤੁਸੀਂ ਨਾਂ ਰੱਖਿਆ ਜੀ, ਇਹ ਐਕਸਲ ਤੋਂ ਕੀ ਮਤਲਬ ਹੋਇਆ? ਜੀ, ਐਕਸਲ ਇਜ਼ ਸ਼ਾਰਟ ਫੋਰ ਕਹਿ ਲਓ ਐਕਸਲ ਐਕਸਲੈਂਸ। ਓਕੇ, ਐਂਡ ਦੈਟਸ ਵਾਈ ਇਟਸ ਕਾਲਡ ਐਕਸਲ ਰੇਡੀਓ। ਕਿਵੇਂ ਮਨ ਵਿੱਚ ਆਇਆ ਅਤੇ ਕਦੋਂ ਤੁਸੀਂ ਇਹ ਸੋਚਿਆ ਕਿ ਇੱਕ ਐਸਾ ਰੇਡੀਓ ਸ਼ੁਰੂ ਕਰੀਏ ਜਿਹੜਾ ਕਿ ਦੁਨੀਆ ਭਰ ਵਿੱਚ ਆ ਸਕਦਾ ਹੈ? ਜੀ, ਸ਼ੁਰੂ ਤੋਂ ਹੀ ਸ਼ੌਕ ਸੀਗਾ ਟੈਕਨੋਲੋਜੀ ਦੇ ਵਿੱਚ। ਓਕੇ, ਅਤੇ ਗੁਰਬਾਣੀ ਦੇ ਨਾਲ ਪਿਆਰ, ਸੋ ਸੋਚਿਆ ਕਿ ਕਿਉਂ ਨਾ ਜੇ ਸ਼ੁਰੂਆਤ ਕਰਨੀ ਹੈ ਰੇਡੀਓ ਸਟੇਸ਼ਨ ਦੀ ਤਾਂ ਇੱਕ ਗੁਰਬਾਣੀ ਪ੍ਰੋਗਰਾਮ ਨਾਲ ਸ਼ੁਰੂ ਕਰੀਏ। ਅਜੇ 5 ਸਾਲ ਤਕਰੀਬਨ ਹੋਵੇ ਤੁਹਾਨੂੰ ਇਹ ਚਲਾਉਂਦੇ ਹੋਏ? ਜੀ ਹਾਂ। ਤਾਂ 5 ਸਾਲ ਪਹਿਲੇ ਅਜੇ ਇੰਟਰਨੈਟ ਦਾ ਆਫਕੋਰਸ ਇਟ ਵਾਜ਼ ਇਨ ਵੋਗ, ਪਰ ਅਜੇ ਇਹ ਨਹੀਂ ਆ ਰਿਹਾ ਸੀ ਕਿ ਇਹਦੇ ਨਾਲ ਅਸੀਂ ਇਹ ਪ੍ਰਚਾਰ ਦਾ ਮਾਧਿਅਮ ਜਿਹੜਾ ਉਹ ਜੋੜ ਸਕੀਏ। ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਕਿਵੇਂ ਤੁਸੀਂ ਇਹ ਟੈਕਨੋਲੋਜੀ ਦੀ ਵਰਤੋਂ ਕਰਕੇ ਸ਼ੁਰੂਆਤ ਕੀਤੀ ਅਤੇ ਰਿਸਪੋਂਸ ਕਿਹੋ ਜਿਹਾ ਰਿਹਾ? ਸ਼ੁਰੂਆਤ ਦੇ ਵਿੱਚ ਰਿਸਪੋਂਸ ਤਾਂ ਬਹੁਤ ਘੱਟ ਮਿਲ ਰਿਹਾ ਸੀਗਾ, ਕਿਉਂਕਿ ਹਰ ਇੱਕ ਇਹੀ ਪੁੱਛ ਰਿਹਾ ਸੀਗਾ ਕਿ ਕਾਰਾਂ ਦੇ ਵਿੱਚ ਇਹ ਰੇਡੀਓ ਨਹੀਂ ਲੱਗ ਰਿਹਾ, ਰਾਈਟ? ਅਤੇ ਬ੍ਰੌਡਬੈਂਡ ਸਿਗਨਲ ਵੀ ਕਈਆਂ ਘਰਾਂ ਦੇ ਵਿੱਚ ਇੰਨਾ ਨਹੀਂ ਸੀ ਸਟਰੋਂਗ, ਲੇਕਿਨ ਅੱਜ ਜੇ ਦੇਖਿਆ ਜਾਵੇ ਘਰੀ ਘਰੀ ਫਾਸਟ ਇੰਟਰਨੈਟ ਕਨੈਕਸ਼ਨ ਹੈ ਜੀ, ਕਾਰਾਂ ਦੇ ਵਿੱਚ ਵੀ ਇੰਟਰਨੈਟ ਕਨੈਕਸ਼ਨ ਆ ਰਿਹਾ, ਸੋ ਰਿਸਪੋਂਸ ਬਹੁਤ ਵਧੀਆ ਮਿਲ ਰਿਹਾ ਦੁਨੀਆ ਦੇ ਵਿੱਚ। ਕੋਈ ਵੀ ਕੋਨੇ ਵਿੱਚ ਜਿੱਥੇ ਵੀ ਤੁਹਾਡੇ ਪਾਸ ਇੰਟਰਨੈਟ ਕਨੈਕਸ਼ਨ ਆ, ਤੁਸੀਂ ਇਹ ਪ੍ਰੋਗਰਾਮ ਗੁਰਬਾਣੀ ਕੀਰਤਨ ਦਾ ਪੂਰਾ ਆਨੰਦ ਮਾਣ ਸਕਦੇ ਹੋ। ਬੈਕ ਤੁਹਾਡਾ ਜਿਹੜਾ ਬੈਕ ਹੈਗਾ ਉਹ ਅਫਰੀਕਾ ਨਾਲ ਜੁੜਿਆ ਹੋਇਆ ਹੈ ਜੀ, ਅਤੇ ਉੱਥੇ ਵੀ ਕੀ ਇਹ ਲੋਕ ਜਿਹੜੇ ਨੇ ਸਿੱਖ ਰਹਿੰਦੇ ਨੇ ਉੱਥੇ ਜੁੜੇ ਹੋਏ ਨੇ? ਜੀ, ਐਕਚੁਲੀ ਆਈ ਹੈਵ ਲਿਸਨਰਸ ਇਨ ਬੋਟਸਵਾਨਾ, ਓਕੇ, ਟੈਂਜ਼ਾਨੀਆ, ਕੇਨੀਆ ਐਂਡ ਨਾਈਜੀਰੀਆ। ਵੰਡਰਫੁਲ, ਵੈਰੀ ਗੁੱਡ ਰਿਸਪੋਂਸ। ਸੋ ਹਾਊ ਡੂ ਯੂ ਕੀਪ ਟੈਕ ਆਫ ਦੈਮ ਕਿ ਵੀ ਕਿਹੜਾ ਕਿੱਥੋਂ ਸੁਣ ਰਿਹਾ, ਕੀ ਕੋਈ ਸਿਸਟਮ ਹੈਗਾ? ਥਰੂ ਟੈਕਨੋਲੋਜੀ ਯੂ ਕੈਨ ਟਰੈਕ ਆਲ ਯੋਰ ਲਿਸਨਰਸ। ਓਕੇ, ਸਾਨੂੰ ਪਤਾ ਲੱਗ ਜਾਂਦਾ ਕਿੱਥੋਂ ਸਰੋਤੇ ਸੁਣ ਰਹੇ ਨੇ ਜੀ, ਔਰ ਕਿਸ ਡਿਵਾਈਸ ਨਾਲ ਸੁਣ ਰਹੇ ਨੇ, ਸੋ ਵੀ ਆਰ ਏਬਲ ਟੂ ਟੈਲ ਵੇਅਰ ਦ ਲਿਸਨਰਸ ਆਰ ਕਮਿੰਗ ਫਰੋਮ। ਰਾਈਟ, ਸੋ ਜਸਪਾਲ ਜੀ, ਕਿਸ ਚੀਜ਼ 'ਤੇ ਤੁਸੀਂ ਫੋਕਸ ਕਰਦੇ ਹੋ ਕਿ, ਕਿਉਂਕਿ ਅੱਜ ਗੁਰਬਾਣੀ ਦੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ, ਕੀਰਤਨ ਰਾਹੀਂ, ਕਥਾ ਰਾਹੀਂ, ਕਵਿਸ਼ਰੀ ਹੈਗੀ ਹੈ, ਸਾਡੇ ਕੋਲ ਢਾਡੀ ਜੱਥੇ ਹੈਗੇ ਨੇ, ਹੋਰ ਵੀ ਕਥਾਵਾਚਕ ਹੈਗੇ ਨੇ, ਸੋ ਕਿਹੜੀ ਚੀਜ਼ ਨੂੰ ਤੁਸੀਂ ਪਲਾਨ ਕਰਕੇ ਲਿਆਉਂਦੇ ਹੋ ਜਿਹਦੇ ਨਾਲ ਕਿ ਇਹ ਸਾਰੀ ਚੀਜ਼ਾਂ ਕਵਰ ਹੋ ਜਾਣ? ਪਲਾਨ ਤਾਂ ਅਸੀਂ ਸਾਰੀਆਂ ਚੀਜ਼ਾਂ ਨੂੰ ਕਵਰ ਕਰਦੇ ਹਾਂ, ਨਿਰੋਲ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰ, ਢਾਡੀ ਵਾਰ, ਔਰ ਲਾਈਵ ਪ੍ਰੋਗਰਾਮਸ ਗੁਰਦੁਆਰਾ ਸਾਹਿਬ ਤੋਂ ਲਾਈਵ ਪ੍ਰੋਗਰਾਮਸ ਵੀ ਪ੍ਰਸਾਰਿਤ ਕਰਦੇ ਰੇਡੀਓ 'ਤੇ। ਸੋ ਇਹਦੇ ਵਾਸਤੇ ਅਗੇਨ 24 ਘੰਟੇ ਇਸ ਚੀਜ਼ ਨੂੰ ਚਲਾਉਣਾ ਮਸਟ ਬੀ ਵੈਰੀ ਟਾਈਮ ਕੰਜ਼ਿਊਮਿੰਗ, ਐਂਡ ਕੀ ਰੈਪੀਟੇਸ਼ਨ ਹੁੰਦੀ ਹੈ ਜਾਂ ਤੁਸੀਂ ਹਰ ਇੱਕ ਜਿਹੜਾ ਤੁਹਾਡਾ ਸੈਗਮੈਂਟ ਹੈ ਉਹ ਵੱਖਰਾ ਹੀ ਹੁੰਦਾ ਹੈ? ਥੋੜ੍ਹਾ ਬਹੁਤਾ ਵੱਖਰਾ ਹੁੰਦਾ, ਲੇਕਿਨ ਰੈਪੀਟੇਸ਼ਨ ਹੁੰਦੀ ਹੈ ਕਿਉਂਕਿ ਜਿਹੜੇ ਸਰੋਤੇ ਆ ਉਹ ਕਾਫੀ ਰਿਕੁਐਸਟ ਕਰਦੇ ਨੇ। ਓਕੇ, ਬਾਰ ਬਾਰ, ਸੋ ਯੂ ਰਿਕੁਐਸਟ ਵੀ ਤੁਸੀਂ ਲੈਂਦੇ ਹੈਗੇ? ਈਮੇਲ ਰਾਹੀਂ, ਟੈਕਸਟ ਮੈਸੇਜਿਸ ਰਾਹੀਂ ਬਹੁਤ ਰਿਸਪੋਂਸ ਆ ਰਹੀ ਹੈ ਆਲ ਓਵਰ ਦ ਵਰਲਡ। ਥੈਂਕ ਯੂ। ਸੋ ਕੈਨੇਡਾ ਦੇ ਵਿੱਚ ਜਿਹੜਾ ਤੁਸੀਂ ਇਹ ਸ਼ੁਰੂਆਤ ਕੀਤੀ, ਹੁਣ ਦੁਨੀਆ ਭਰ ਵਿੱਚ ਇਹ ਮੈਸੇਜ ਆ ਰਿਹਾ, ਹੋਰ ਵੀ ਹੁਣ ਬਹੁਤ ਸਾਰੇ ਰੇਡੀਓ ਸਟੇਸ਼ਨ ਜਿਹੜੇ ਇੰਟਰਨੈਟ ਰਾਹੀਂ ਲੋਕ ਸੁਣ ਸਕਦੇ ਹੈਗੇ ਨੇ, ਫਿਊਚਰ ਕੀ ਕਰ ਰਹੇ ਹੋ? ਕਿਉਂਕਿ ਟੈਕਨੋਲੋਜੀ ਵਿੱਚ ਤਾਂ ਹਰ ਰੋਜ਼ ਕੋਈ ਨਾ ਕੋਈ ਤਬਦੀਲੀ ਆ ਰਹੀ ਹੈ, ਅਤੇ ਜਿਸ ਤਰ੍ਹਾਂ ਮੈਂ ਸ਼ੁਰੂ 'ਚ ਹੀ ਗੱਲ ਕਿਹਾ ਸੀ ਕਿ ਅੱਜ ਤਾਂ ਸਾਡੇ ਪਾਮਸ ਦੇ ਉੱਤੇ ਹੀ ਸਾਡੇ ਸੈੱਲਫੋਨਸ ਉੱਤੇ ਅਸੀਂ ਗੁਰਬਾਣੀ ਕਿਤੇ ਵੀ ਸੁਣ ਸਕਦੇ ਹੈਗੇ ਹਾਂ, ਅਤੇ ਇਹਦਾ ਜੇਕਰ ਤੁਹਾਡੇ ਕੋਲ ਕੋਈ ਕੋਈ ਟੈਸਟੀਮੋਨੀਅਲਸ ਹੋਣ, ਮੈਂ ਜ਼ਰੂਰ ਚਾਹਾਂਗਾ ਕਿ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ ਕਿ ਕਿਸੇ ਵਿਅਕਤੀ ਨੇ ਇਹ ਸੁਣ ਕੇ ਉਸਦੇ ਜੀਵਨ ਵਿੱਚ ਉਸਨੇ ਕੋਈ ਪਰਿਵਰਤਨ ਜਾਂ ਕੋਈ ਉਸਨੂੰ ਬੈਨੀਫਿਟ ਮਿਲਿਆ ਹੋਵੇ। ਬਹੁਤ ਜੀ, ਇਟਸ ਦੇ ਆਰ ਸੋ ਮੈਨੀ ਈਮੇਲਸ ਐਂਡ ਟੈਕਸਟ ਮੈਸੇਜਸ ਆਈ ਗੈਟ ਐਵਰੀ ਡੇ, ਓਕੇ, ਫਰੋਮ ਆਲ ਓਵਰ ਦ ਵਰਲਡ, ਰਾਈਟ? ਸਮ ਆਫ ਦਮ ਆਰ ਵੈਰੀ ਟੱਚਿੰਗ। ਆਈ ਗਿਵ ਯੂ ਐਨ ਐਗਜ਼ਾਮਪਲ ਆਫ ਵਨ, ਦਿਸ ਲੇਡੀ ਵਾਸ ਐਕਸਪੈਕਟਿੰਗ ਹਰ ਫਸਟ ਚਾਈਲਡ ਐਂਡ ਹਰ ਡੋਟਰ ਵਾਸ ਬੋਰਨ ਲਿਸਨਿੰਗ ਟੂ ਗੁਰਬਾਣੀ ਕੀਰਤਨ ਵਾਇਲ ਸ਼ੀ ਵਾਸ ਪ੍ਰੈਗਨੈਂਟ। ਜੀ, ਹੁਣ ਜਦੋਂ ਉਹ ਰੇਡੀਓ ਬੰਦ ਕਰਦੇ ਨੇ ਤਾਂ ਉਹਨਾਂ ਦੀ ਡਾਟਰ ਸ਼ੀ ਕ੍ਰਾਈਸ। ਓਕੇ, ਸੋ ਆਈ ਗੋਟ ਦੈਟ ਈਮੇਲ ਫਰੋਮ ਆ ਵੈਰੀ ਟੱਚਿੰਗ। ਦ ਅਦਰ ਵਨ ਇਜ਼ I had listeners from Lebanon. Okay. Hard-working laborers, jare mazdoor kam kar rahe ne. Ji. They share a small room, right. 3-4 of them. They have very limited contact with the gurdwaras, right. There. So they seek joy by listening. Wonderful. And finally, what are your future plans now? Future plan is to continue expanding channels on XL Radio. Right. And to promote, provide more programming
on XL Radio. And of course, क्योंकि ये बिल्कुल free of charge है तो सानू तो बड़ा ये benefit है कि असं जिन्हें मुल्कों च रहने गुरुद्वार की घाट नहीं सी कभी भी जा सकते हैं पर उन्होंने लोगों वास्ते जिहड़े कि गुरबाणी नाल जुड़ना चाहते हैं दूर दुराडे इलाकों जिस तरह तुम अफ्रीका की गल की या लेबनन की गल की उन्होंने वास्ते तो वाकई ची एक बूंद है वंडरफुल जी कंग्रेचुलेशन एंड बेस्ट विशेज़ कि तुम ये इनिशिएटिव लिया तो अच्छी कामयाबी हासिल कर रहे हो बेस्ट विशेज़